ਲੈ ਨੀ ਬਿੰਦਰੇ ਦੇਖਾ ਤੇਰਾ ਸੂਟ ਕਿਹੋ ਜਿਹਾ ਸਿਉਂਤਾ, ਦੇਖ ਲੈ ਕੱਢ ਕੇ ਪੈਣੇ। ਨੀ ਚੁੰਨੀ ਵੀ ਵਿੱਚੀ ਫੜਾਤੀ ਸੀ, ਚੁੰਨੀ ਦੇ ਲੈਸ ਲਾਉਣ ਨੂੰ ਫੜਾਈ ਸੀ, ਨੀ ਲੈ ਲਾਈ ਨੀ। ਆ ਲੈ ਭੈਣੇ ਤੇਰੇ ਤੇ ਕਰਤਾ ਉਹੀ ਕੰਮ, ਹਾਂ ਹੁਣ ਆਪ ਨੂੰ ਮੱਥਾ ਮਾਰਨਾ ਦੇਖ ਪਊ ਲੈ ਵੀ ਘਰੇ। ਸੂਟ ਤੇ ਤਾਂ ਲਾਤੀ ਹਨਾ, ਹਾਂ ਇਹ ਚੁੰਨੀ ਬਹੁਤ ਤੇ ਵੀ ਤੇ ਆਖੇ ਵਧੀਆ ਲੱਗੂਗਾ ਇਹ ਲੈਸ ਵਾਲਾ ਸੂਟ ਪਾਇਆ ਖੜਾ। ਸੋਹਣਾ ਲੱਗੂ, ਬੁੜਾ ਸੀਗਾ ਉਹ, ਦੱਸ ਕੀ ਹੁੰਦਾ। ਹਾਂ ਨੀ ਐ ਤਾਂ ਹੈਗਾ, ਚੱਲ ਆਪਾਂ ਤਾਂ ਫੇਰ ਵੀ ਤੈਨੂੰ ਪਤਾ ਕੁੜਮਣੀ ਆ ਹਾਂ ਹੈ, ਉਹੀ ਸੋਹਣਾ ਤਾਂ ਗੱਲ ਆ, ਲੱਗੂ। ਕੁੜਮਾਂ ਦੇ ਜਾਵਾਂਗੇ ਕੁੜਮਣੀਆਂ, ਹੋਰ ਆ ਚੱਲ ਵੀ ਵਿੱਚੀ ਕੁੜਮਣੀਆਂ ਆ ਪੈ, ਗਈਆਂ ਫੇਰ ਵੀ ਤਾਂ ਲੈ ਫੜ ਤੇਰਾ ਸੂਟ ਕਿਹੋ ਜਿਹਾ ਦੇਖ ਲਾ, ਨੀ ਤੇਰਾ ਵੀ ਮੇਰਾ ਕੱਢ ਤਾਂ ਕੇ। ਪੁੱਛ ਹੀ ਨਾ ਤੂੰ, ਜਿਹੜਾ ਲਿਆਈ ਸੀ ਉਹ ਤਾਂ ਬੇਕਾਰ ਨਿਕਲ ਗਿਆ, ਮਾਰ ਕੇ ਫਿਰ ਆ ਲਿਆਂਦਾ ਸੀ ਦੁਬਾਰੇ, ਆ ਦੇਖ ਇਹ ਜਿਆਦਾ ਤੂੰ ਤਾਂ ਕਿਸੋਂ ਮੈਥੋਂ ਵੀ ਗੂੜਾ ਲਿਆਈ ਆ। ਨੀ ਹੋਰ, ਮੈਂ ਤਾਂ ਪੱਕੇ ਕਹੀ ਜਾਂਦੀ ਹਾਂ ਕਿਤੇ ਅਗਲਾ ਆਪਣੇ ਕਨੀ ਚੱਕ ਹੀ ਜਾਵੇ ਵੀ ਆ ਕਿੱਧਰੋਂ ਜਲੂਸ ਕੱਢਿਆ ਆ, ਕਾਲਾ ਸੂਟ ਖੱਟੇ ਫੁੱਲ, ਹੋਰ ਨੀ ਮੇਰੇ ਤਾਂ ਆਪ ਖੱਟੀ ਖੱਟੀ ਲੈਸ ਲੱਗੀ ਆ ਤੈਨੂੰ ਤੇ ਕਹਿੰਦੀ ਆ ਹਾਂ ਹਨਾ, ਨੀ ਚਾਚੀ ਦਾ ਤਾਂ ਸੂਟ ਚੱਲ ਫੇਰ ਲੈ ਜੂਗੀ, ਕੀ ਕੱਢਣਾ ਹੁਣ ਮੈਂ, ਆਹੋ ਉਹ ਤਾਂ ਫੇਰ ਭੈਣਾਂ ਆਪੇ ਲੈ ਮਾਰਨੀਆਂ ਜੂ ਆ। ਪੈਣੀਆਂ ਆ ਪਿਆਰਾ, ਆਪੀ ਲੈ ਜੂਗੀ ਹਜੇ ਤਾਂ ਆ, ਚਾਚੀ ਤਾਂ ਫੇਰ ਉਧਰ ਜਾਊ, ਹੈਂ ਉਧਰ ਜਾਊਗੀ ਚਾਚੀ, ਹੋਰ ਚਾਚੀ ਬੂ ਉਹਨਾਂ ਦਾ ਕੀ ਜੱਬ ਪਿਆ ਹੋਊਗਾ ਕਿਤੇ, ਪਤਾ ਨਹੀਂ ਕੀ ਕੁਛ ਹੋਇਆ। ਹੋਰ ਹੁਣ ਕਿਵੇਂ ਜੈਬਰਾ ਜਾ ਪਾਈ ਬੈਠੀ ਆ ਮਨਪ੍ਰੀਤ, ਪੈਰੀ ਪੈਣੀ ਅੰਬੋ ਜਬ ਦਿਰਾ ਬਾਸ ਦਿਰਾ ਪੈਰੀ ਕਾਲਾ ਪੈਣੀ ਆ, ਮੈਂ ਤਾਂ ਤੇਰੇ ਕੋਲੇ ਆਈ ਸੀਗੀ, ਮੈਂ ਪੈਰੀ ਪੈਣੀ, ਤੂੰ ਘਰ ਨੂੰ ਕਰਨੂੰ ਪੈਣੀ, ਇੱਥੇ ਬਹਿ ਜਾ, ਬਹਿ ਜਾ, ਕੀ ਮੈਂ ਹੋ ਗਿਆ, ਤੈਨੂੰ ਆ ਦੱਸਦੀ ਹੈਗੀ ਮੈਨੂੰ ਬਹੁਤ ਤੇਰੇ ਤੇ ਖਰੋਲ ਚੜਿਆ ਪਿਆ ਗਾ, ਤੇ ਤੇਰੀ ਮਾਸੀ ਜੀ ਨੂੰ ਲਿਆ ਕੇ ਸਾਡੇ ਘਰੇ ਵਾੜਤਾ, ਕੀ ਗੱਲ ਹੋ ਗਈ, ਆ ਮੇਰੇ ਵਾਲੀ ਭੈਣ ਨੂੰ ਮੈਂ ਕਦ ਵਾੜਿਆ, ਨਾ ਗੱਲ ਕੀ ਹੋ ਗਈ ਮੈਨੂੰ ਚੱਜ ਨਾਲ ਗੱਲ ਦੱਸ ਪਹਿਲਾਂ ਕੀ ਹੋਈ ਆ, ਗੱਲ ਸਾਰੀਆਂ ਗੱਲਾਂ ਦਾ ਤੈਨੂੰ ਪਤਾ ਗਾ, ਮੈਨੂੰ ਤਾਂ ਕੀ ਪਤਾ ਗਾ, ਸੋਨੂੰ ਪਤਾ ਗਾ, ਇਹ ਹੁਣ ਤੈਨੂੰ ਇਹ ਲਾਵਾ ਲੂਤੀ ਲਾਈ ਕਿਨੇ ਪਹਿਲਾਂ ਮੈਨੂੰ ਮੈਂ ਦੱਸ, ਲਾਵਾ ਲੂਤੀ ਮੈਨੂੰ ਤਾਂ ਕਿਸੇ ਨੇ ਨਹੀਂ ਲਾਈ, ਮੈਨੂੰ ਤਾਂ ਤੇਰੇ ਆਲੇ ਬਾਬੇ ਨੇ ਦੱਸਿਆ ਗਾ, ਓਮਬੋ ਮੇਰੀ ਸੁਣ ਗੱਲ ਇੱਕ, ਬਾਬਾ ਐਡਾ ਕੱਚਾ ਕੂੜਾ ਵੀ ਤੈਨੂੰ ਐ ਦੱਸ ਦੂ ਵੀ ਮੇਰੀ ਸਾਲੀ ਆਈ ਤੀ, ਸਾਲੀ ਨੂੰ ਦੇਖ ਕੇ ਤਾਂ ਰਿੱਛ ਵੀ ਚੰਬਲ ਜਾਂਦਾ, ਤਾਂ ਫਿਰ ਵੀ ਬਾਬਾ ਤੀ, ਨਾਲੇ 6 ਦਿਨ ਰਹਿ ਕੇ ਗਈ ਹੈ, ਤੈਨੂੰ ਦੱਸਿਆ ਨਹੀਂ ਰਹਿ ਕੇ ਗਈ ਆ, ਮੈਨੂੰ ਨਹੀਂ ਲੱਗਦਾ ਦੱਸਿਆ ਹੋਊਗਾ, ਜਿਹਨੇ ਤੈਨੂੰ ਦੱਸਿਆ ਨਾ ਮੈਨੂੰ ਸਾਰਾ ਪਤਾ ਤੇ ਉਹ ਵੀ ਨਾਲ ਹੀ ਤੀ ਗਈਆਂ, ਮੈਨੂੰ ਤਾਂ ਕਿਸੇ ਨੇ ਨਹੀਂ ਦੱਸਿਆ, ਮੈਂ ਤਾਂ ਆਪ ਹੀ ਪੈੜੋ ਕੱਢ ਲਿਆ, ਨਾ ਮੈਨੂੰ ਨਾ ਕਿਸੇ ਕੋਲੇ ਗਈ ਆ, ਨਾ ਮੈਨੂੰ ਕਿਸੇ ਨੇ ਦੱਸਿਆ, ਸਿੱਧੀ ਸਿੱਧੀ ਪੱਤ ਨਾ ਮੈਨੂੰ ਦੱਸ ਵੀ ਗੱਲ ਕੀ ਸੀਗੀ, ਨੀ ਅੰਬੋ ਗੱਲ ਕੀ ਹੋਣੀ ਆ, ਉਹ ਤਾਂ ਮੈਂ ਵਾਪਸ ਆਈ ਤੀ, ਮੈਂ ਤੇਰੀ ਭੈਣ ਮੇਰੀ ਵਿਚੋਲਣ ਨਹੀਂ ਹੈਗੀ, ਐ ਤਾਂ ਮੈਨੂੰ ਪਤਾ ਵਿਚੋਲਣ ਆ ਗਈ, ਫਿਰ ਬਸ ਮੈਂ ਉਹਨੂੰ ਨਾਲ ਲਈ ਦੀ ਵੀ ਮੈਂ ਤਾਂ ਉੱਥੇ ਰਹਿਣਾ, ਮੈਂ ਤਾਂ ਕਿਤੇ ਜਾਣਾ ਨਹੀਂ, ਅੱਛਾ ਫਿਰ ਉਹਨੂੰ ਆਖ ਵੀ ਨਾਲ ਹੀ ਤੂੰ ਮੇਰੇ ਰਹਿ, ਉਹ ਮੈਂ ਕਦ ਕਿਹਾ ਮੈਨੂੰ ਦਾਦੀ ਮੈਨੂੰ ਛੱਡ ਕੇ ਮੁੜ ਜੂਗੀ ਹੱਥ ਨੂੰ, ਉਹ ਅਮਰ ਤਾਂ ਮੰਨਿਆ ਨਹੀਂ, ਉਹ ਮਾਂ ਕਰਦੇ ਕਰਾਉਂਦੇ ਹੱਥ ਨੂੰ ਹੋ ਗਿਆ, ਹੱਥ ਨੂੰ ਰਹੇਗੀ, ਹੁਣ ਸਾਨੂੰ ਕੀ ਪਤਾ ਸੀ ਇੰਨੇ ਦਿਨ ਰਹਿ ਜੂ, ਹੁਣ ਮੈਂ ਕਿਹੜਾ ਉਹਨੂੰ ਤੇਰੇ ਘਰ ਦਾ ਚਿੱਠ ਪੱਤ ਪਾਇਆ ਸੀਗਾ ਵੀ ਬਾਈ ਇੰਨੇ ਦਿਨ ਰਹਿ ਕੇ ਜਾ, ਨਾ ਫੇਰ ਤੂੰ ਉਹਨੂੰ ਆਖਿਆ ਨਹੀਂ ਵੀ ਮਾਸੀ ਮੈਨੂੰ ਤੂੰ ਛੱਡ ਗਈ ਤੇ ਆਪਦੇ ਘਰੇ ਜਾ, ਸਾਡਾ ਬੁੜਾ ਤੇ ਜਮਾ ਜੜੋ ਕੱਢਤਾ ਉਹਨੇ, ਨੀ ਅੰਬੋ ਅਗਲੀ ਕਹੂ ਮੇਰੀ ਭੈਣ ਦਾ ਘਰ, ਇੱਕ ਤਾਂ ਤੇਰਾ ਘਰ ਬਸਾਤਾ, ਉੱਪਰੋਂ ਮੇਰੀ ਭੈਣ ਦੇ ਘਰੇ ਵੀ ਨਹੀਂ ਰਹਿਣ ਦਿੰਦੀ, ਨੀ ਮੈਨੂੰ ਕੀ ਪਤਾ ਸੀ ਤੂੰ ਹੈ ਹੀ ਨਹੀਂ ਗਈ, ਮੈਨੂੰ ਤਾਂ ਐਂ ਸੀ ਵੀ ਤੂੰ ਚੱਲ ਤੂੰ ਵੀ ਘਰੇ ਹੀ ਹੋਏਗੀ, ਨਾ ਜਦੋਂ ਤੂੰ ਗਈ ਸੀ ਤੇਰੇ ਬਾਬੇ ਕੋਲੇ ਤੈਨੂੰ ਆਈ ਨੀ ਪਤਾ ਵੀ ਮੇਰੀ ਅੰਬੋ ਘਰੇ ਹੈ ਹੀ ਨਹੀਂ ਗਈ, ਤੂੰ ਐਡੀ ਪੱਟ ਅਰਗੀ ਕੁੜੀ ਆਂਗੀ ਹਾਂ ਵੀ ਤੂੰ ਇੰਨੀ ਬੜਕ ਨਹੀਂ ਲਈ, ਉਦੋਂ ਤਾਂ ਪਤਾ ਲੱਗ ਗਿਆ ਸੀ ਜਦੋਂ ਆਈ ਗਈ ਸੀ, ਫਿਰ ਹੁਣ ਪਤਾ ਲੱਗੇ ਨਾ ਲੱਗੇ, ਉਹ ਮਰ ਮਗਰ ਕੀ ਰਹਿ ਗਿਆ, ਮਗਰ ਕੀ ਰਹਿ ਗਿਆ, ਮੈਂ ਤੇਰੀ ਨਾ ਗੁੱਤਨੀ ਜੀ ਦਾ ਵਾਲ ਵਾਲ ਕਰ ਦੂੰਗੀ, ਜਿਹੜੀਆਂ ਬਾਬਲਾਂ ਚ ਤੂੰ ਤੁਰੀ ਫਿਰਦੀ ਹੈਗੀ, ਸਾਡਾ ਘਰ ਤਾਂ ਜਮਾ ਤੁਸੀਂ ਪੱਟਤਾ ਰਲ ਮਿਲ ਕੇ, ਪੱਟਣ ਨੂੰ ਕੀ ਪੱਟਤਾ ਅੰਬੋ ਮੈਨੂੰ ਐਂ ਦੱਸੀ, ਮਾਰਾ ਉਹ ਸਾਡਾ ਬੁੜਾ ਦੇਖ ਜਾ ਕੇ ਕੀ ਪੁੱਛ ਰਿਹਾ ਪਿਆਗਾ, ਕੀ ਦੰਦ ਕੱਢਦਾਗਾ, ਮੈਨੂੰ ਉਹ ਲੱਗਦਾਗਾ ਭੈੜਾ, ਫਿਰ ਮੈਂ ਤਾਂ ਨਹੀਂ ਪੁੱਛ ਰਿਹਾ ਆ, ਨੀ ਉਹ ਤਾਂ ਆਪ ਹੀ ਦੱਸਦੀ ਸੀ, ਸੱਚ ਤੇਰੀ ਭੈਣ ਆਪ ਹੀ ਦੱਸਦੀ ਸੀ ਮੈਨੂੰ, ਕਹਿੰਦੀ ਆ ਤੇਰੇ ਬਾਬੇ ਦਾ ਰਿਸ਼ਤਾ ਤਾਂ ਕਹਿੰਦੀ ਮੈਨੂੰ ਹੁੰਦਾ ਸੀ, ਮੈਨੂੰ ਮਾਏ ਦੇ ਤਾਂ ਜਵਾਬ ਕਹਿੰਦੀ, ਫਿਰ ਕਹਿੰਦੀ ਚੰਦ ਕੌਰ ਦਾ ਰਿਸ਼ਤਾ ਕਰਿਆ ਸੀ, ਕਹਿੰਦੀ ਇਹ ਵੀ ਨਹੀਂ ਸੀ ਅੱਛਾ ਮੰਨਦੀ, ਹਾਂ ਉਹ ਤਾਂ ਆਪ ਹੀ ਦੱਸਦੀ ਸੀ, ਹੁਣ ਸਾਨੂੰ ਕੀ ਪਤਾ ਵੀ ਤੁਹਾਡੇ ਜਵਾਨੀ ਪੈ ਰਹੀ ਦੀਆਂ ਕੀ ਗੱਲਾਂ ਹੋਈਆਂ ਵੀਆਂ ਨੇ, ਲੈ ਤੂੰ ਨਿਆਣੀ ਹੈਗੀ ਸਾਰਾ ਤੈਨੂੰ ਪਤਾ ਗਾ, ਤੂੰ ਲਿਆ ਕੇ ਉਹ ਮੇਰੇ ਘਰੇ ਛੱਡਤੀ, ਲੈ ਅੰਬੋ ਮੈਂ ਕੀ ਤੇਰਾ ਸਾਗ ਕਰਾ ਕੇ ਆਈ ਸੀ, ਫਿਰ ਮੈਨੂੰ ਐ ਦੱਸੀ ਮਾੜਾ ਜਾ, ਉਹੀ ਮਰੀ ਨਾ ਦੋ ਮਾਰੂੰਗੀ, ਤੂੰ ਮੈਨੂੰ ਬਹੁਤ ਭੜੀ ਲੱਗੀ ਜਾਨੀ ਹੈਗੀ,
ਬੇਬੇ ਭੈੜੀ ਤਾਂ ਲੱਗਣੀ ਆ, ਮੈਨੂੰ ਸਾਰਾ ਪਤਾ, ਜਿਹੜੇ ਉਹਨਾਂ ਨੇ ਬੰਪ ਦੇ ਕੇ ਤੋਰੀ ਆ ਨਾ, ਮੈਨੂੰ ਸਾਰਾ ਪਤਾ। ਤੂੰ ਬੈਠ, ਤੂੰ ਆਏ ਨੀ ਮਰਜੀ, ਮੈਨੂੰ ਚੱਕ ਲੈਣ ਜਾ ਡੰਡਾ। ਕਿੱਧਰ ਗਿਆ ਇੱਥੇ ਡੰਡਾ ਜਾ ਪਿਆ ਸੀਗਾ? ਨਹੀਂ ਅੰਬੋ, ਇੱਥੇ ਤੂੰ ਬਾਹਰ ਛੱਡ ਕੇ। ਨਹੀਂ ਸੁਣ, ਮੇਰੀ ਗੱਲ ਸੁਣ, ਮੈਨੂੰ ਬੁਰਿਆ ਜਿਹਾ ਲੜ ਕੇ ਤੂੰ ਮੇਰੀ ਮਾਂ ਨੂੰ ਸਾਰੀ ਸਹੀ ਗੱਲ ਦੱਸ। ਗੱਲ ਤਾਂ ਸੁਣ, ਲਾ ਇੱਥੇ ਬੈਠ ਬੈਠ, ਤੇ ਤੂੰ ਮਾਂ ਬੰਦੀ ਬੁੰਦੀ ਨਹੀਂ। ਨਹੀਂ ਬੈਠ ਜਾ, ਬੈਠ ਕੇ ਗੱਲ ਦੱਸ ਵੀ ਕਿੱਥੇ ਗੱਲ ਹੋਈ ਸੀ। ਬੈਠ ਜਾ, ਬੈਠ ਮੇਰੀ ਗੱਲ, ਤੂੰ ਮੈਨੂੰ ਬੁਰਿਆ ਜਿਹਾ ਨਾ ਮਾਂ ਆਈ ਵੀ ਪੂਰੀ ਗੱਲ ਤਾਂ ਸੁਣ ਲਾ। ਬੈਠ ਜਾ। ਹਾਂ ਦੱਸ ਮੈਨੂੰ ਕੀ ਰੋਲਾ ਨਾ ਪਾ। ਉਹ ਲੋਕ ਕਹਿਣਗੇ ਅਮਰਤ ਨੇ ਫਿਰ ਕੁੱਟਤੀ। ਹੋਰ ਕੋਈ ਘਰ ਪੱਟੇ ਨਾ ਪੱਟੇ, ਤੂੰ ਮੇਰਾ ਘਰ ਪੱਟਤਾ ਨਾਲ ਮੇਰੀ ਭੈਣ ਨੂੰ ਲਿਆ ਕੇ, ਤਾਂ ਹੀ ਸਾਡਾ ਬੁੜਾ ਮੁੱਛਾਂ ਨੂੰ ਵੱਟ ਦੇਈ ਜਾਂਦਾਗਾ। ਨਹੀਂ ਉਹ ਦਿੰਦਾ ਕਦੋਂ ਨਹੀਂ ਮੁੱਛਾਂ ਨੂੰ ਵੱਟ, ਉਹ ਤਾਂ ਕੋਈ ਲੰਘ ਜਾ ਨੂੰਹ ਦੀ ਸੱਥ ਵਿੱਚ ਦੀ ਉਹਦੀ ਲੱਗਣਾ ਮੁੱਛਾਂ ਦੇ ਹੱਥ 'ਚ ਫੇਰਨ, ਸਿਰੇ ਦਾ ਲੁੱਚਾ ਕਿਸੇ ਥਾਂ ਦਾ। ਹਾਂ ਮਾਰਦੀਆਂ ਗੱਲਾਂ ਆਪ ਹੀ ਦੱਸਦੀ ਸੀ ਅੰਬੋ। ਤੇਰੀ ਭੈਣ ਕਹਿੰਦੀ ਬਥੇਰਾ, ਕਹਿੰਦੀ ਸ਼ਕੀਨ ਦੀ ਜਵਾਨੀ ਵਾਲੇ, ਮੇਰੇ ਤਾਂ ਕਹਿੰਦੀ ਦਿਲ ਆ ਗਿਆ ਸੀ। ਕਹਿੰਦੀ ਉਹ ਤਾਂ ਕਹਿੰਦੀ ਰਿਸ਼ਤਾ ਮਕਰਾਤਾ, ਕਹਿੰਦੀ ਇਹਨਾਂ ਨੇ ਪਹਿਲਾਂ ਵੱਡੀ ਦਾ ਕਰਾਂਗੇ, ਆ ਤੇਰੀ ਲੜਾ ਜਿੱਦਾਂ ਤੇਰੀ ਭੈਣ ਪਾਉਂਦੀ ਸੀ। ਹੁਣ ਅੰਬੋ ਇੱਕ ਮਿੰਟ, ਹੁਣ ਤੈਨੂੰ ਕੀ ਪਤਾ ਮੇਰੇ ਭੈਣ ਭਾਈ ਕਿਹੋ ਜਿਹੇ ਆ? ਨਹੀਂ ਪਤਾ ਨਾ, ਪਰ ਮੈਨੂੰ ਕੀ ਪਤਾ ਹੋ ਵੀ ਤੇਰੀ ਭੈਣ ਕਿਹੋ ਜਿਹੀ ਹੈ। ਫਿਰ ਲਿਆ ਕੇ ਤਾਂ ਤੂੰ ਬਹਾਈ ਸੀ, ਸਕਿੰਨੀਆਂ ਲਾ ਲਾ ਕੇ ਪਾਉਂਦੀ ਸੀ, ਸੁਰਖਾਂ ਪਾਉਡਰ ਤੂੰ ਉਹਦੇ ਲਾ ਲਾ ਕੇ ਉਹਦੇ ਮੰਜਾ ਤੇ ਚੜਾ ਚੜਾ ਪਾਉਂਦੀ ਸੀ, ਘਰ ਤਾਂ ਸਾਰਾ ਤੂੰ ਜਾੜਿਆ। ਨਹੀਂ ਮੈਂ ਕਦੋਂ ਲਵਾਈਏ ਸੁਰਖੀ? ਇਹ ਤਾਂ ਆਈਡੀਆ ਅੰਬਰ ਰਣਦੀਪ ਹੋਣਾ ਦਾ ਤੀ, ਕਹਿੰਦੀ ਉਹਨੂੰ ਸੁਰਖੀ ਲਵਾ ਕੇ ਲੈ ਕੇ ਚੱਲਾਂਗੇ ਭੋਗ ਤੇ। ਤੇ ਕਹਿੰਦਾ ਤੇਰੇ ਲੋਕ ਕਹਿੰਦੇ ਤੀ ਚੰਦ ਕੌਰ ਦੀ ਭੈਣ ਐਡੀ ਐਡੀ ਸੁਰਖੀ ਲਈ ਫਿਰਦੀ ਆ, ਉਹ ਕਹਿੰਦੇ ਬੁੱਢੀ ਘੋੜੀ ਲਾਲ ਲਗਮ ਇਹ ਜਿਹੀਆਂ ਗੱਲਾਂ ਬੋਲਦੀਆਂ ਨੇ ਧੀਵੀਆਂ ਉੱਥੇ। ਜੇ ਤੁਸੀਂ ਇਹ ਕੰਮ ਕਰਾਏ ਤਾਂ ਇਹ ਫੇਰ ਹੋਏ ਆ ਕੰਮ, ਉਹਨੇ ਆਪ ਤੋਂ ਨਹੀਂ ਕੰਮ ਕਰੇ ਗਏ। ਉਸ ਚਲ ਕੇ ਮੰਜੇ ਤੇ ਬੈਠੀ, ਉਹਨੂੰ ਸ਼ਰਮ ਨਾ ਆਈ ਸਿਆਣੀ ਬਿਆਣੀ ਨੂੰ? ਉਦਾਂ ਅੰਬੋ ਤੇਰੀ ਭੈਣ ਆ, ਪਰ ਉਹਨੂੰ ਸੋਚਣਾ ਚਾਹੀਦਾ ਸੀ ਜਾਂ ਬਾਬੇ ਨੂੰ ਸੋਚਣਾ ਚਾਹੀਦਾ ਸੀ। ਇਹ ਤਾਂ ਫੇਰ ਫੜ ਕੇ ਬਿਠਾਈਏ ਤੇਰੇ ਪੈਰ ਹੋਇਆ ਕੰਮ ਨਾ। ਇੱਕ ਮਿੰਟ ਤੁਸੀਂ ਮੈਨੂੰ ਕਹਿ ਦਿੰਦੇ ਹੋ ਵੀ ਤੂੰ ਘਰੋਂ ਜਾਂਦੀ ਸੀ, ਕਿਹੜਾ ਤੈਨੂੰ ਧੱਕੇ ਨਾ ਲੈ ਕੇ ਜਾਂਦੀ ਆ, ਪਰ ਮੈਂ ਕਿਹੜਾ ਉਹਨਾਂ ਨੂੰ ਧੱਕੇ ਨਾ ਬਿਠਾਤਾ ਸੀ, ਨਾਲ ਵੀ ਐਂ ਜੁੜ ਕੇ ਬਹਿ ਜਾ। ਨਹੀਂ ਧੱਕੇ ਨਾ ਤਾਂ ਨਹੀਂ ਬਹਾਈ ਤੂੰ, ਉਹ ਤੂੰ ਬੰਦਿਆਂ ਨੂੰ ਲਿਆਉਣਾ ਸੀ, ਬੁੜੀਆਂ ਦਾ ਕੀ ਕੰਮ ਸੀਗਾ ਇਹ ਜੇ ਰੌਲੇ 'ਚ? ਅੰਬੋ ਕਾਹਨੂੰ ਦਾਹੀਂ ਦਾਹਾਂ ਚੜੀ ਜਾਂਦੀ ਆ, ਹੁਣ ਤੈਨੂੰ ਕਹਿ ਦਿੱਤਾ ਵੀ ਮੇਰੀ ਕੋਈ ਗਲਤੀ ਨਹੀਂ ਹੈਗੀ ਗੀ, ਨਾਲੇ ਮੈਂ ਕਿਹੜਾ ਉਹਨਾਂ ਨੂੰ ਆਪ ਬਿਠਾਇਆ ਦੀ, ਹੁਣ ਮੈਨੂੰ ਕੀ ਪਤਾ ਉਹਨਾਂ ਦੇ ਦਿਲ 'ਚ ਕੀ ਬੜੀ ਜਾਂਦੀ ਆ। ਜੇ ਮੈਨੂੰ ਤਾਂ ਨਾ ਉਹ ਸੱਚੀ ਗੱਲ ਹੀ ਦੱਸਦੀਆਂ ਸੀ, ਬਿੰਦਰ ਤੇ ਰਣਦੀਪ। ਅੱਛਾ ਚੋਰ ਦੀ ਦਾੜੀ 'ਚ ਤਿਣਕਾ ਆ ਗਈ ਨਾ ਮੁੰਜਬਾਨ ਤੇ ਗੱਲ, ਵੀ ਉਹਨਾਂ ਨੇ ਦੱਸਿਆ ਮਤਲਬ ਪਹਿਲਾਂ ਹੀ ਪਤਾ ਸੀ ਵੀ ਉਹ ਲਾਲਾ ਲੁੱਤਣੀਆਂ ਨੇ ਦੱਸਿਆ ਹੋਊਗਾ, ਕਾਹਨੂੰ ਉਹਨਾਂ ਦੀ ਜੋੜੀ ਨਾ ਮੈਨੂੰ ਤੋੜਨੀ ਪਊ, ਮੈਂ ਦੋਣਾਂ ਦੀ ਗੁੱਤਣੀ ਨੂੰ ਬਟਾ। ਆ ਜਾ ਮੈਂ ਦੱਸਦੀ ਹਾਂ ਉਹਨੂੰ, ਚੱਲ ਖੜੀ ਹੋ ਮੈਂ ਦੇ ਕੇ ਆਉਂਦੀ ਹਾਂ। ਇੱਧਰ ਹੈ ਇੱਧਰ ਗੇਟ, ਮੈਂ ਦਿੰਦੀ ਹਾਂ ਤਰੇ ਸੜੀ ਇਹਨਾਂ ਨੂੰ, ਇਹਨਾਂ ਨੂੰ ਤਾਂ ਮੈਂ ਦੱਸੂ ਪਤਾ। ਪਰ ਹੈਗੀ ਤਾਂ ਮਨਪ੍ਰੀਤ ਤਾਂ ਤੈਨੂੰ ਪਤਾ ਹੀ ਆ, ਫਲਾਤੋ ਹੀ ਆ, ਫਲਾਤੋ ਹੀ ਆ, ਕੰਮ ਤਾਂ ਸਾਰਾ ਉਸੇ ਨਹੀਂ ਕਰੇ। ਮੇਰੀ ਗੱਲ ਸੁਣ, ਫਿਰ ਬਚੋਲਾ ਤਾਂ ਉਹਦਾ ਮਾਸੜ ਵੀ ਸੀ, ਉਹਨੂੰ ਲਿਆਉਂਦੀ ਮਾਸੀ ਨੂੰ ਜਾਣ ਕੇ ਲੈ ਕੇ ਆਈ ਸੀ, ਉਹਨੂੰ ਪਤਾ ਸੀ। ਨਹੀਂ ਰਣਦੀਪ ਆਉਂਦੀ ਆ ਬੈਠੀ ਆ, ਕੰਮ ਕਰਦੀ ਹੋ ਫਿਰਦੀ ਹੋ ਤੁਸੀਂ ਮੈਨੂੰ? ਹੈ ਨਹੀਂ, ਬਹਿ ਜਾ ਠੰਡੀ ਹੋ ਜਾ, ਤੈਨੂੰ ਕੀ ਪਤਾ ਨਾ ਬਹਿ ਜਾ ਆ ਕਰਾ ਮੂੰਹ ਤੇ ਹੁਣ ਗੱਲ ਬਹਿ ਜਾ ਚਾਚੀ, ਨਹੀਂ ਕਿਵੇਂ ਭੱਖੀ ਪਖਾਈ ਮੂੰਹ ਤੇ ਕਰਾਉਂਗੀ। ਹਾਂ ਨਹੀਂ ਦੱਸੋ ਕੀ ਜੱਬ ਛੇੜਿਆ ਤੁਸੀਂ ਨੇ? ਨਾ ਅਸੀਂ ਕੀ ਜੱਬ ਛੇੜਨਾ ਸੀ, ਤੂੰ ਸਾਡੇ ਘਰੇ ਆ ਕੇ ਸਾਡੇ ਦੀ ਰੋਬ ਚਲਾਈ ਜਾਂਦੀ ਆ। ਰੋਬ ਹੀ ਚਲਾਉਣਾ, ਹੋਰ ਦੱਸ ਕੀ ਕਰਾਂ ਨਾ, ਕੀ ਲਾਵਾ ਲੁੱਤੀਆਂ ਲਾ ਕੇ ਭੇਜਾਂ ਅੰਬੋ ਨੂੰ ਨਾ? ਮੈਂ ਕਿਹਾ ਦੀ ਅੰਬੋ ਦੀ ਭੈਣ ਨੂੰ ਵੀ ਸੁਰਖੀਆਂ ਲਾ ਕੇ ਜਾ, ਆ ਸੁਰਖੀਆਂ ਵਾਲਾ ਆਈਡੀਆ ਤਾਂ ਤੇਰਾ ਹੀ ਤੀਗਾ ਵੀ ਸੁਰਖੀ ਲਾ ਕੇ ਲੈ ਕੇ ਚੱਲਾਂਗੇ। ਮੇਰੀ ਗੱਲ ਸੁਣ, ਉਹ ਤਾਂ ਚੱਲ ਇਹਨੇ ਕਹਿ ਦਿੱਤਾ ਵੀ ਸੁਰਖੀ ਲਾ ਜਾ, ਜਿੱਦੇ ਤੈਨੂੰ ਛੱਡਣ ਆਈ ਉਹਦੇ ਕਿੰਨੀ ਟੌਰ ਸੀ ਉਹਦੀ? ਫਿਰ ਵੀ ਆਪਦੀ ਉਮਰ ਵੀ ਦੇਖਣੀ ਪੈਂਦੀ ਹੈ ਮਨਪ੍ਰੀਤ, ਭੋਰਾ ਸੰਗ ਨੀ ਮੰਨੀ ਗਈ, ਇੰਨੀ ਇੰਨੀ ਸੁਰਖੀ ਚੜਾ ਕੇ ਆ ਗਈ ਸਿਆਣੀ ਬਿਆਣੀ ਸੀ। ਮੈਂ ਕਿਹਾ ਅੰਬੋ ਤੂੰ ਅੱਜ ਅੱਜ ਰਹਿ ਜੀ, ਮੈਂ ਕਿਹਾ ਕੱਲ ਨੂੰ ਵਗ ਜੀ ਮਾਸੀ,
ਲੱਛਣ ਕਰਨ ਲੱਗ ਗਈ ਭੋਗ ਦੀ ਪ੍ਰੀ ਵੈਡਿੰਗ ਮਤਲਬ ਜਿਉਣ ਜੱਗ ਜਿਹੜੇ ਮਰਨ ਤੋਂ ਪਹਿਲਾਂ ਕਰਦੇ ਹੁੰਦੇ ਨੇ ਨਾ ਉਹ ਤੇ ਕਿਹੜੀਆਂ ਸੁਰਖੀਆਂ ਲੱਗਦੀਆਂ ਨੇ ਉਹ ਤਾਂ ਆਪਦੇ ਮਨੋਂ ਬਣਾਉਂਦੀ ਸੀ ਵੀ ਮੈਨੂੰ ਸੂਟ ਮਿਲ ਜਾਣਗੇ ਮੇਰੇ ਜੀਜੇ ਤੋਂ ਵੀ ਮੇਰੀ ਭੈਣ ਕਰੇ ਉਹ ਤਾਂ ਤੈਨੂੰ ਵੀ ਪਤਾ ਵੀ ਕਿਹੋ ਜਿਹੀ ਲਾਵਾ ਲੂ ਤਾਂ ਤੇਰੀ ਭੈਣ ਉਹ ਤਾਂ ਅਸੀਂ 6 ਦਿਨਾਂ 'ਚ ਦੇਖ ਹੀ ਲਈ ਵੀ ਤੇਰਾ ਰੋਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਆ ਤੂੰ ਕਿੱਥੇ ਤੇ ਉਹ ਕਿੱਥੇ ਉਹਦਾ ਬਸ ਮੂੰਹ ਲਿਪਣ ਹੀ ਜਾਣਦੀ ਆ ਨਾ ਤਾਂ ਹੀ ਨਾਲ ਲਈ ਸੀਗੀ ਹੁਣ ਤਾਂ ਨਾਲ ਲਈ ਸੀਗੀ ਨਹੀਂ ਮੈਨੂੰ ਕੀ ਪਤਾ ਸੀ ਹੁਣ ਅੰਬਾ ਤੂੰ ਦੂਜੇ ਪਾਸੇ ਹੋ ਜਾਂਦੀ ਨਾ ਉਹ ਬੰਦਿਆਂ ਦਾ ਰੌਲਾ ਸੀਗਾ ਬੰਦੇ ਨਮੇੜ ਦੇ ਤੂੰ ਚੱਕ ਕੇ ਉਹਨੂੰ ਤੁੱਪੀ ਉਹ ਤਾਂ ਛੱਡ ਪਰ ਰੌਲਾ ਰੂਲਾ ਤਾਂ ਛੱਡ ਇਹਨੇ ਇਹ ਵੀ ਆਖਿਆ ਫਿਰ ਕਹਿੰਦੀ ਤੈਨੂੰ ਸੋਹਣੇ ਸੋਹਣੇ ਸੂਟ ਵੀ ਬਣਨਗੇ ਲਾ ਕੇ ਜਾਈਂ ਕਹਿੰਦੀ ਬਾਬੇ ਨੂੰ ਪੂਰਾ ਰਾੜਾ ਲੈ ਦੇਖ ਦੇਖ ਅੰਬੋ ਕਿਵੇਂ ਮਰਨਦੀਪ ਤੂੰ ਗੱਲ ਤੇ ਗੱਲ ਚੜਾਈ ਜਾਂਦੀ ਆ ਨਾ ਜੇ ਮੈਂ ਬੋਲ ਨਹੀਂ ਰਹੀ ਇਹਦਾ ਮਤਲਬ ਇਹ ਥੋੜੀ ਆ ਵੀ ਤੂੰ ਗਾਹਾਂ ਦੀ ਗਾਹਾਂ ਲੜਾਈ ਹੋ ਜਾਏਗੀ ਅੰਬੋ ਇਹ ਤਾਂ ਮੈਨੂੰ ਲੜਾਉਂਦੀ ਹੈ ਜਮਾਨ ਲੜਾਉਂਦੀ ਨਹੀਂ ਆ ਇਸ ਗੱਲ ਚ ਤੂੰ ਚੁੱਪ ਕਰਕੇ ਬੈਠੀ ਰਿਹਾ ਕਰ ਨਹੀਂ ਦੇਖ ਚਾਚੀ ਇਸ ਗੱਲ ਚ ਤਾਂ ਸੋਡਾ ਵੀ ਫਰਕ ਪੂ ਤੇਰਾ ਤੇ ਚਾਚੇ ਦਾ ਵੀ ਕਿਉਂ ਜਿਹੜਾ ਕੁਛ ਇਹ ਕਹੇ ਕਿ ਇਹ ਵੀ ਆਪਦਾ ਮਰਨ ਜਿਉਣ ਜਾਂ ਘਰ ਚਾਚੇ ਨੂੰ ਕਹੇ ਕਿ ਉਹਦਾ ਮਾਸੀ ਦਾ ਕੀ ਕੰਮ ਆ ਫੋਟੋਆਂ ਕਰਾਉਣ ਦਾ ਚਾਚੇ ਨਾਲ ਤੇਰਾ ਕੰਮ ਹੈ ਹਾਂ ਇਹ ਤਾਂ ਫਿਰ ਪੁੱਠੀਆਂ ਉਂਗਲਾਂ ਹੀ ਲਾਂਗਾਂਗਾ ਨਾਲੇ ਤਾਂ ਉਹਨੇ ਪੁੱਠੀਆਂ ਉਂਗਲਾਂ ਲਾਂਗਾ ਨਾਲੇ ਲਾਂਗਾ ਇਹਨੇ ਸਾਡੇ ਤਾਂ ਘਰ ਇਹਨਾਂ ਨੇ ਜਮਾਂ ਜਾਣ ਤੇ ਕਰਤਾ ਤੇ ਤੁਸੀਂ ਕਿਹੜਾ ਮੇਰੇ ਘਰ ਬਸਾ ਦਾਦੀ ਤੁਸੀਂ ਤਾਂ ਰਿਸ਼ਤੇ ਕਰਾਉਣ ਤੁਰ ਪਈਆਂ ਦੀ ਨਾ ਸਾਰੀਆਂ ਇਕੱਠੀ ਹੋ ਕੇ ਮੇਰੇ ਦੇ ਚੜ ਜਾਂਦੀ ਆ ਆ ਮੈਂ ਆਖਿਆ ਨੀ ਵੀ ਇਹ ਕਰਦੀ ਹੈ ਖੋਬਾ ਗੱਲ ਕੋਈ ਖੋਬ ਨਹੀਂ ਕਰਦੀ ਤੁਸੀਂ ਤਾਂ ਮੇਰੀ ਸਿੱਧੇ ਨੂੰ ਵੀ ਪੁੱਠੀ ਬਣਾ ਦਿੰਦੀ ਹੋ ਕੋਈ ਨਹੀਂ ਬਣਾਉਂਦੇ ਮਨਪ੍ਰੀਤ ਜਿਹੜੀ ਗੱਲ ਸੱਚੀ ਆ ਭਈ ਉਹ ਤਾਂ ਸੱਚ ਗਏ ਰਹੂਗੀ ਨਾ ਤਾਂ ਹੀ ਨਾਲ ਲਈ ਸੀਗੀ ਵੀ ਮੈਂ ਇਹਦਾ ਘਰ ਪੱਟਦਾ ਮੇਰੇ ਅੰਬੋ ਦਾ ਨਹੀਂ ਅੰਬੋ ਮੈਂ ਕਿਉਂ ਪੱਟਦੀ ਆ ਇੰਨੇ ਸਾਲੇ ਤੇ ਤੇਰਾ ਘਰ ਪੱਟਿਆ ਨਹੀਂ ਗਿਆ ਉਹਦੇ ਦੀ ਰੋਜ਼ ਆਉਂਦੀ ਸੀ ਕੀ ਪਤਾ ਕੀ ਖੰਡ ਖੇਡਣੇ ਖਾਂਦੇ ਹੋਣੇ ਦੋਨੇ ਜੀਜਾ ਸਾਲੀ ਤੈਨੂੰ ਪਤਾ ਲੱਗਣ ਦਿੰਦਾ ਪਾਪਾ ਭਲਾ ਮਾਰਦੀ ਗੱਲਾਂ ਹੁਣ ਤੂੰ ਬਾਬੇ ਤੇ ਆ ਗਈ ਇਹ ਤਾਂ ਭਾਈ ਇੱਕ ਗੱਲ ਨਹੀਂ ਕਰਨ ਦਿੰਦੀ ਕਿ ਮੈਂ ਤਾਂ ਆਖਿਆ ਚੱਲ ਮੈਂ ਲਾਂਬਾ ਲੈ ਕੇ ਨੇ ਤਾਂ ਉੱਤੋਂ ਵੀ ਫਿਰ ਗਈ ਇਹ ਕਹਿੰਦੀ ਹੈ ਨਾ ਵੀ ਮੇਰਾ ਘਰ ਤੁਸੀਂ ਪੱਟਿਆ ਆਪਣਾ ਵਸਾਈ ਬਸ ਇਹਦਾ ਘਰ ਆਉਂ ਐਵੇਂ ਮੰਨਦਾ ਨਹੀਂ ਸੀ ਅਮਰਤਾ ਨਹੀਂ ਹੁਣ ਨੂੰ ਪੱਟਿਆ ਜਾਂਦਾ ਹਾਂ ਜੇ ਅਸੀਂ ਨਾ ਮੂਰੇ ਹੁੰਦੇ ਫਿਰ ਤੂੰ ਆ ਜਾਂਦੀ ਇੱਥੇ ਮਾਰਾ ਪੱਟਾ ਮੂੰਹ ਸਮਾਰ ਕੇ ਗੱਲ ਕਰਿਆ ਕਰ ਤੂੰ ਨਹੀਂ ਮੈਂ ਤੈਨੂੰ ਕੀ ਕਹਿਤਾ ਤੂੰ ਤਾਂ ਸਾਰੀਆਂ ਮੇਰੇ ਤੇ ਚੜ ਜਾਨੀ ਹੋ ਪਤਾ ਨਹੀਂ ਕੀ ਮੇਰੇ ਨਾਲ ਬੈਰ ਆ ਤੁਹਾਡਾ ਮਨਪ੍ਰੀਤ ਤੇਰੇ ਨਾਲ ਕੋਈ ਬੈਰ ਨਹੀਂ ਸਾਡਾ ਆ ਜਿਹੜੀਆਂ ਤੇਰੀਆਂ ਗੱਲਾਂ ਬਾਤਾਂ ਨਾ ਇਹ ਤੈਨੂੰ ਦੂਰ ਕਰ ਦੇਗਾ ਸਾਥੋਂ ਹਾਂ ਨਹੀਂ ਰਹਿਣ ਦੇ ਅੰਬੋ ਮੈਂ ਤਾਂ ਤੇਰਾ ਭਲਾ ਹੀ ਸੋਚਿਆ ਸੀ ਚੰਗਾ ਮੈਨੂੰ ਐ ਦੀਗਾ ਵੀ ਮੈਂ ਤਾਂ ਅੰਬੋ ਉਹਨੂੰ ਇੰਨਾ ਗਿਆ ਮਾਸੀ ਨੂੰ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਤੇਰੀ ਭੈਣ ਦੇ ਘਰੇ ਆ ਤੂੰ 201 ਸੂਟ ਚੱਕਿਆ ਇੱਕ ਚੋਰੀ ਕੀਤਾ ਤੇਰੀ ਭੈਣ ਨੇ ਚੋਰੀ ਅਸੀਂ ਉਹ ਵੀ ਪੜਦੇ ਮੈਂ ਬਾਬੇ ਨੂੰ ਕਿਹਾ ਬਾਬਾ ਕਹਿੰਦਾ ਕੋਈ ਨਾ ਭਾਈ ਮੈਂ ਕਹਿ ਆਊਗਾ ਜਾ ਕੇ ਭਾਈ ਤੂੰ ਸਾਡੇ ਖਾਤੇ 'ਚ ਲਿਖ ਲਈ ਆ ਨਹੀਂ ਤੇਰੀ ਵੀਡੀਓ ਮੰਗੂ ਜਿਵੇਂ ਤੇਰੀ ਜਲੇਬੀਆਂ ਦੀ ਚੜ ਗਈ ਦੀ ਵੀਡੀਓ ਉਹਦੇ ਸੂਟ ਚੋਰੀ ਕਰਦੀ ਤੇ ਚੜਦੀ ਨਾਲ ਚੜਦੀ ਇਹਨਾਂ ਦੀ ਨਾਲੇ ਚੜਾਉਂਦੀ ਉਹ ਮੇਰੀ ਫਿਰ ਮੈਂ ਕਿਹੜਾ ਇੱਥੇ ਸੀਗੀ ਕਿਸੇ ਦੀਆਂ ਵੀਡੀਓ ਚੜਦੀਆਂ ਕਿਸੇ ਨੇ ਗੱਲਾਂ ਬਣਦੀਆਂ ਮੈਂ ਤਾਂ ਘਰੇ ਹੈ ਹੀ ਨਹੀਂ ਸੀ ਚਾਚੀ ਇਹਨੂੰ ਐ ਪੁੱਛ ਵੀ ਡੀਪੂ ਚ ਕੌਣ ਲੈ ਕੇ ਬੜੀ ਸੀ ਅਸੀਂ ਲੰਘ ਕੇ ਆਈਆਂ ਸੀ ਨਹੀਂ ਰਹਿਣ ਦੇ ਬਿੰਦਰੇ ਤੂੰ ਤਾਂ ਉਹੀ ਨਹੀਂ ਪੈਰਾਂ ਦੇ ਮਿੱਟੀ ਪੈਣ ਦਿੰਦੀ ਹੈਗੀ ਮਾਰਦੀਆਂ ਗੱਲਾਂ ਨਾਲ ਹੀ ਸੀ ਤੈਨੂੰ ਡੀਪੂ ਵਾਲੇ ਦੇ ਕੈਮਰੇ ਚੈੱਕ ਕਰਾ ਦੂੰ ਵੱਡੀਆਂ ਸੱਚੀਆਂ ਬਣਦੀਆਂ ਨੇ ਇਹ ਡੀਪੂ ਚ ਤੂੰ ਬੜੀ ਸੀ ਦੀਪੂ ਚ ਤੂੰ ਲੈ ਕੇ ਬੜੀ ਸੀ ਫਿਰ ਕੀ ਕਰ ਲਉਂਗੀਆਂ ਮਾਰਦੀਆਂ ਗੱਲਾਂ ਫਿਰ ਸਾਡੇ ਦਿਨ ਰੋ ਚੜਿਆ ਕਰ ਬਸ ਭੈਣੇ ਉਹੀ ਗੱਲ ਆ
ਜੇ ਤਾਂ ਨਾ ਬੋਲੋ ਤਾਂ ਮੈਂ ਝੂਠੀ ਆ, ਜੇ ਬੋਲ ਪੋ ਤਾਂ ਮੈਂ ਪਾਗਲ ਆ। ਤੁਸੀਂ ਤਾਂ ਦੋਨੇ ਪਾਸੇ ਮੈਨੂੰ ਹੀ ਮਾਰਦੀ ਹੋ। ਜਦੋਂ ਮੈਂ ਕਹਿ ਰਹੀ ਸੀ ਵੀ ਬਾਈ ਮੈਂ ਨਹੀਂ ਜਾ, ਮੈਂ ਗਈ ਨੀ ਗਈ ਨੀ, ਤੁਸੀਂ ਉਦੋਂ ਨੀ ਮੰਨਿਆ, ਜੇ ਹੁਣ ਕਹਿਦਾ ਵੀ ਬਾਈ ਮੈਂ ਤਾਂ ਗਈ ਨੀ, ਚੱਲ ਮੈਂ ਗਈ ਸੀ। ਮੇਰੀ ਗੱਲ ਸੁਣ, ਬਾਬਾ ਬੈਠਾ ਚੀਕੂ ਦੇ ਬੂਟੇ ਥੱਲੇ ਬੈਠਾ ਸੀ ਕਿ ਨਾ? ਬਾਬਾ ਚੀਕੂ ਦੇ ਬੂਟੇ ਥੱਲੇ ਮੈਨੂੰ ਦੱਸ ਤੂੰ ਆਹ ਬੈਠਾ ਸੀ। ਮੇਰੀ ਗੱਲ ਸੁਣ, ਜਦੋਂ ਤੂੰ ਸਾਰੀਆਂ ਉਂਗਲਾਂ ਲਾ ਆਈ ਬਾਬੇ ਨੂੰ ਹਨਾ ਵੀ ਆਹ ਜਿਉਣ ਜੱਗ ਕਰ ਲਈ ਤੂੰ ਇਹਦੇ ਨਾਲ ਸੋਹਣਾ ਲੱਗੇਗਾ, ਆਏ ਆ ਫਲਾਨਾ ਧੀਕੜਾ ਸਾਰਾ ਕੁਛ ਕਹਿਤਾ ਚਾਚੀ ਇਹਨੇ ਹੈ। ਫਿਰ ਮੈਂ ਕਿਹਾ ਆ ਜਾ, ਮੈਂ ਇਹਨੂੰ ਖਿੱਚ ਲਈ, ਮੈਂ ਕਿਹਾ ਆ ਜਾ ਨੀ ਚੱਲੀਏ। ਇਹਨੇ ਪਤਾ ਕੀ ਕਰਿਆ, ਕਹਿੰਦੀ ਮੈਂ ਤਾਂ ਸਾਰੀਆਂ ਗੱਲਾਂ ਇਹਨਾਂ ਦੀਆਂ ਸੁਣ ਕੇ ਜਾਊ। ਇਹ ਚਾਚੀ ਤੁਹਾਡੇ ਜਾਮਣ ਨੀ ਲੱਗੀ ਹੋਈ ਜਿਹੜੀ ਜਾਮਣ ਲੱਗੀ ਆ, ਉਹਦੇ ਉੱਲੇ ਖੜੀ ਆ, ਨਾਲੇ ਇਹਨੇ ਮੇਰਾ ਮੋਢਾ ਤਾਰਤਾ ਸੀ, 3 ਦਿਨ ਮੇਰਾ ਮੋਢਾ ਨੀ ਦੁਖਣੋਂ ਹਟਿਆ। ਨੀ ਅੰਬੋ, ਮੈਂ ਤਾਂ ਇਹ ਦੇਖਦੀ ਸੀ ਜੇ ਜਿਹੀਆਂ ਬੇਸਕੀਆਂ ਗੱਲਾਂ ਤੇਰੀ ਭੈਣ ਕਰਦੀ ਸੀ ਨਾ, ਮੈਂ ਕਿਹਾ ਲੈ ਇਹ ਕੋਈ ਨਾ ਕੋਈ ਕਾਂਡ ਕਰਕੇ ਦਊ। ਮੈਂ ਤਾਂ ਐਂ ਦੇਖਦੀ ਸੀ ਵੀ ਕਿੱਥੋਂ ਕੁ ਤੱਕ ਜਾਂਦੀਆਂ ਨੇ ਇਹਨਾਂ ਦੀਆਂ ਗੱਲਾਂ। ਕੱਲ ਨੂੰ ਫਿਰ ਮੈਂ ਤੈਨੂੰ ਦੱਸਣੀਆਂ ਵੀ ਤਾਂ ਸੀ, ਹੁਣ ਤੂੰ ਜਾ ਕੇ ਬਾਬੇ ਨੂੰ ਪੁੱਛੀ ਵੀ ਆਹ ਗੱਲਾਂ ਹੋਈਆਂ ਨੇ, ਫਿਰ ਤੈਨੂੰ ਪਤਾ ਲੱਗੂ ਵੀ ਸੱਚੀਆਂ ਇਹ ਨੇ ਜਾਂ ਸੱਚੀ ਮੈਂ ਆ। ਚੱਲ ਚਾਚੀ ਮੇਰੀ ਗੱਲ ਤਾਂ ਸੁਣ ਲੈ, ਤੇਰੇ ਕੋਲ ਹੀ ਸੋਚਿਆ ਮੇਰੀ ਬਾਹ ਮੈਂ ਆਖਿਆ ਵੀ ਭਾਈ ਚੱਲ ਆ ਜਾ ਵੀ ਸਾਡੇ ਵਾਲਾ ਮੈਨੂੰ ਛਿੱਤਰਾਂ ਨਾਲ ਕੁੱਟੂਗਾ ਇੱਥੇ ਵੀ ਤੂੰ ਇਹੋ ਜਿਹੀਆਂ ਗੱਲਾਂ ਸੁਣਦੀ। ਕਹਿੰਦੀ ਨਹੀਂ ਆਪਾਂ ਤਾਂ ਸੁਣ ਕੇ ਜਾਵਾਂਗੇ ਤੇ ਮੈਨੂੰ ਖਾਲ ਉੱਤ ਦੀ ਘੜੀਸ ਕੇ ਜਾਵਾਂ ਬਾਬੇ ਦੇ ਮੰਜੇ ਕੋਲੇ। ਦੁਬਾਰੇ ਵਾਗੀ ਉੱਥੇ ਉਹ ਦੋਨੇ ਬੈਠੇ ਸੀ, ਫੇਰ ਉਹਨਾਂ ਦੇ ਦੇਹ ਲੁੱਟੀ ਲੈ ਲੁੱਟੀ, ਇਹ ਤਾਂ ਉਹ ਪੱਟੀਆਂ ਪੜਾ ਕੇ ਜਿਹੜੀਆਂ ਚੰਗਾ ਲੈ ਕੇ ਜਾਇਆ ਕਰਦੀਆਂ, ਐਸ਼ਾ ਕਰਿਆ ਕਰਦੀਆਂ, ਹੁਣ ਮਨਪ੍ਰੀਤ ਵਾਪਸ ਆ ਗਈ। ਤੁਹਾਡੇ ਪਿੱਛੇ ਲੱਗ ਕੇ ਨਾ ਮੇਰਾ ਦੁਬਾਰੇ ਘਰ ਪੱਟਿਆ ਜਾਊ, ਅੱਜ ਤਾਂ ਮੈਂ ਤੁਹਾਡੇ ਨਾਲ ਰਲਦੀਓ ਨੀ ਹੈਗੀ। ਕਾਹਨੂੰ ਨੀ ਤੂੰ ਉਹਨਾਂ ਦੇ ਬੈਠਣ ਗਈ, ਗਈ ਨੀ ਸੀ ਤੂੰ ਮਿੰਦਰ ਕੇ ਬੈਠ ਕੇ ਗਈ ਸੀ ਨਾ? ਮੈਂ ਤਾਂ ਤੈਨੂੰ 20 ਵਾਰੀ ਮੈਂ ਬੰਬੋਏ ਨੂੰ ਮਨਾ ਕੀਤਾ ਸੀ ਵੀ ਬਾਈ ਮੈਨੂੰ ਲੈ ਕੇ ਨਾ ਜਾ, ਮੈਂ ਤਾਂ ਕੱਲ ਘਰ ਬਸਿਆ। ਅਗਲੇ ਨੇ ਸ਼ਰਤ ਰੱਖੀ ਵੀ ਬਾਈ ਭੋਗਾਂ ਦੇ ਨਹੀਂ ਜਾਣਾ, ਕਿਸੇ ਦੇ ਬੈਠਣ ਨਹੀਂ ਜਾਣਾ, ਕਿਸੇ ਦੇ ਫਾਲਤੂ ਜਾਣਾ ਨਹੀਂ। ਤੇ ਹੁਣ ਫੇਰ ਤੂੰ ਦੁਪਹਿਰੇ ਕਿਉਂ ਆਈ ਹੈ ਸਾਡੇ ਨਾਲ ਲੜਨ? ਹੁਣ ਨਹੀਂ ਸ਼ਰਤ ਹੈਗੀ, ਹੁਣ ਸ਼ਰਤ ਕਿੱਧਰ ਗਈ? ਅੱਛਾ ਜਦੋਂ ਤੁਹਾਡੇ ਨਾਲ ਬੈਠਣ ਵਾਲੀ ਜਾਓ ਤਾਂ ਮੈਂ ਚੰਗੀ ਆ। ਅੱਛਾ ਜੇ ਹੁਣ ਤੁਹਾਡੇ ਤੋਂ ਪੁੱਛਣ ਆ ਗਈ ਵੀ ਤੁਸੀਂ ਅੰਬੋ ਨੂੰ ਇੰਨੀਆਂ ਲੁੱਕੀਆਂ ਲਾਦੀ, ਐਡਾ ਮਨ 'ਚ ਫਰਕ ਪਵਾਤਾ, ਹੁਣ ਮੈਂ ਮਾੜੀ ਹੋ ਗਈ। ਮੇਰੀ ਗੱਲ ਸੁਣਨੀ, ਅੰਬੋ ਨਾਲ ਤਾਂ ਤੂੰ ਕਿਸੇ ਦੇ ਭੋਗ ਤੇ ਜਾਵੇਂ ਤਾਂ ਨਹੀਂ ਤੇਰਾ ਇਹ ਕੁਛ, ਕਿਸੇ ਦੇ ਬੈਠਣ ਜਾਵੇਂ ਤਾਂ ਤੁਹਾਡੀ ਲੜਾਈ, ਇਹਨਾਂ ਨੇ ਤੁਸੀਂ ਖੁੰਦਕਾਂ ਕਰੀ ਜਾਂਦੀ ਹੋ ਇੱਕ ਦੂਜੀ ਨਾਲ। ਚੱਲ ਭੈਣੇ ਤੁਹਾਡੇ ਨਾਲ ਕੌਣ ਜਿੱਤਿਆ, ਤੁਹਾਡੇ ਪਿੱਛੇ ਮੇਰੇ ਫੇਰ ਜੂਦ ਪੈ ਜਾਣਗੇ। ਚੱਲ ਤੂੰ ਸੱਟ ਮੰਨੀ, ਹੁਣ ਮੇਰੀ ਗੱਲ ਸੁਣ, ਆ ਜਲ ਕੁਰਦੇ ਕੁੜਮ ਦੇ ਭੋਗ ਤੇ ਨਾ ਜਾਈ, ਫਿਰ ਤੈਨੂੰ ਤਾਂ ਮੰਨੂਗਾ। ਤੈਨੇ ਕੀ ਲੈਣਾ, ਮੈਂ ਕਿਤੇ ਜਾਵਾਂ ਆ ਲੈ, ਤੈ ਕੀ ਲੈਣਾ ਹੈ, ਤੈ ਲੈਣਾ ਕੀ ਹੈ ਮੇਰੇ ਤੋਂ? ਸੂਟ ਤਾਂ ਲੈ ਹੀ ਦਰਜੀ ਤੋਂ ਫੜ ਕੇ, ਫਿਰ ਮੇਰੇ ਕੋਲ ਤਾਂ ਹੈਗਾ, ਮੈਂ ਤਾਂ ਸਮਾਨ ਰੱਖਿਆ ਤੁਹਾਨੂੰ ਪਹਿਲਾਂ ਫੜ ਲਈ ਮੈਂ ਤਾਂ। ਤੁਸੀਂ ਛੱਡੋ ਖੜਾ ਹਟ ਕੇ ਗੱਲ ਦਾ, ਤੁਸੀਂ ਮੈਨੂੰ ਐਂ ਦੱਸੋ ਹੁਣ ਵੀ ਸਾਡੇ ਬੁੜੇ ਨੇ ਜਿਉਣ ਮਾਰਨ ਦੀ ਗੱਲ ਕਿਹਨੇ ਛੇੜੀ ਸੀਗੀ? ਐਨੀ ਕਿਹਾਤੀ ਕਿ ਤੂੰ ਕਹਦੇ, ਐਨੀ ਕਿਹਾਤੀ, ਐਨੀ ਕਿਹਾਤੀ, ਐਨੀ ਕਿਹਾਤੀ, ਐਨੀ ਅਰਜਾ ਨਹੀਂ, ਐਨੀ ਭਾਈ ਚੁੱਪ ਕਰਕੇ ਚੱਲ ਨਹੀਂ ਬਰੇ। ਹਾਂ ਹੜਦੀ ਨਹੀਂ, ਕਿਵੇਂ ਅਗਲੇ ਦੇ ਘਰੇ ਆ ਕੇ ਰੋ ਮਰਦੀ ਆ ਤੇ ਐਂ ਮਾਰੂੰਗੀ ਮੈਂ ਤੇ, ਜਦ ਮੈਂ ਸੱਚੀ ਆ ਸਦਾ ਮਾਂ। ਹੁਣ ਤੇਰ ਬਾਬੇ ਨੂੰ ਪੁੱਛਾਂ ਜਾ ਕੇ ਵੀ ਕਿਹਨੇ ਆਖਿਆ ਸੀ? ਐਸੇ ਨੇ ਕਿਹਾਤੀ ਕਿ ਤੂੰ ਕਹਦਾ ਚਾਚੀ, ਮੈਂ ਨਹੀਂ ਤੈਨੂੰ ਸਾਰੀ ਗੱਲ ਮੈਂ ਤੈਨੂੰ ਇਹਦੇ ਨਾਲ ਪਹਿਲਾਂ ਦੱਸੀ ਆ ਨਾ, ਪਤਾ ਤੈਨੂੰ ਮੈਨੂੰ ਦੱਸੀ, ਮੈਂ ਫੇਰ ਹੀ ਇਹਦੇ ਕੋਲ ਗਈ ਆ, ਇਹ ਜਾਣ ਕੇ ਨਹੀਂ ਆਈ ਸੋਣਾ, ਮੈਂ ਫੇਰ ਇਹਦੇ ਕੋਲੇ ਗਈ ਆ ਕਿ ਜੇ ਮੈਨੂੰ ਦੱਸਿਆ ਤਾਂ। ਮੈਨੂੰ ਗਈ ਨੂੰ ਤਾਂ ਮਹੀਨਾ ਹੋ ਗਿਆ ਸੀ, ਮੈਨੂੰ ਕੀ ਪਤਾ ਤੂੰ ਕਿਤੇ ਗਈ ਹੋਈ ਆ ਕਿ ਆਈ ਹੋਈ ਆ, ਇਸ ਨੂੰ ਪਤਾ ਸੀ ਇਸੇ ਨੇ ਲਾਈਆਂ ਲੁੱਤੀਆਂ, ਮੈਨੂੰ ਕੀ ਪਤਾ ਲੱਗ ਗਿਆ? ਇੱਕ ਮਿੰਟ, ਮੈਨੂੰ ਕੀ ਪਤਾ ਲੱਗ ਗਿਆ ਤੂੰ ਘਰੇ ਹੈ ਨਹੀਂਗੀ? ਪਤਾ ਤਾਂ ਇਸੇ ਨੂੰ ਸੀ ਨਾ ਵੀ ਸਾਰਾ ਨਾ ਜਾਉਣ ਮਰਨੇ ਦੀ, ਮੈਂ ਤੈਨੂੰ ਗੱਲ ਦੱਸਦੀ ਆ, ਜਾਉਣ ਮਰਨਾ ਹੀ ਹੋ ਜਾਊਗਾ ਪੁੱਤ। ਮੈਨੂੰ ਐ ਦੱਸ, ਜਾਉਣ ਜੱਗ ਹੋ ਜਾਂਦੀ ਆ ਅੰਬੋ, ਹੋ ਜਾਂਦੀ ਆ।
ਚਾਚੇ ਨੂੰ ਆ ਰਾਇ ਦੇਣ ਜਾਂਦਾ। ਮੈਂ ਵੀਡੀਓ ਬਣਾਣੀ ਮੇਰੇ ਫੋਨ ਚ ਰੱਖੀ ਬੈਠੀ, ਕਿਹੜੀ ਨੇ ਪਹਿਲਾਂ ਸਾਰਾ ਕੁਛ ਜੋਰ ਲਾਉਣਾ ਨੈਟ ਤੇ ਨੀ ਚਾੜਦੀ ਕੋਈ ਨੈਟ ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਉਹ ਕੀਤੀ ਵੀ ਐਸੇ ਨਹੀਂ ਹੈ ਤੇਰੀ ਸਕਦਾ ਭਾਈ ਹੁਣ ਹੋਰ ਐਸਾ ਹੋ ਲਾਦਾ ਜਿਹੜੀ ਸਾਡੀ ਵੀਡੀਓ ਬਣਾ ਸਕਦੀ ਹੈ ਤੇਰੀ ਵੀ ਵੀਡੀਓ ਚੜਾ ਸਕਦੀ ਆ। ਚੱਲ ਮੈਂ ਬਿੰਦਰ ਤੇਰਾ ਫੋਨ ਦਿਖਾਈ ਵੀ ਕਿਹੜੀ ਵੀਡੀਓ ਆ, ਕਿਹੜੀ ਵੀਡੀਓ ਨਹੀਂ, ਕਿਹੜੀ ਗੱਲ ਕਰਦੀ ਜਿਹੜੀ ਇਹਨੇ ਜਲੇਬੀਆਂ ਦੀ ਹੋਈ ਆ ਅੰਬੋ ਐਸੇ ਨੇ ਕਰੀ ਹੋਣੀ ਆ ਫਿਰ ਜਦੋਂ ਸਾਡੀ ਬਣਾ ਸਕਦੀ ਤੇਰੀ ਕਿਹੜੇ ਉਹ ਜਿਹੜੇ ਏਡੇ ਏਡੇ ਕੈਮਰੇ ਲੱਗੇ ਗੁਰਦੁਆਰੇ ਉਹ ਉਹ ਤਾਂ ਕੈਮਰੇ 'ਚ ਹੋਈ ਹੈਗੀ, ਉਹ ਉਹਨੇ ਨਹੀਂ ਬਣਾਈ, ਉਹ ਤਾਂ ਕੈਮਰਾ ਦੇ ਵਿੱਚ ਆਂਗਾ ਹੋਊਗਾ ਵੀ ਫਿਰ ਇਹਨੇ ਨਹੀਂ ਬਣਾਈ, ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਇਹਨੇ ਸਾਡੀ ਵੀਡੀਓ ਬਣਾ ਲਈ ਕੈਮਰਿਆਂ 'ਚ ਆ ਉਹ ਤਾਂ। ਹਾਂ ਮੇਰੀ ਭੈਣ ਨੇ ਨਾ ਤਾਂ ਮੈਨੂੰ ਫੋਨ ਕਰਿਆ ਨਾ ਉਹਨੂੰ ਮੈਨੂੰ ਦੱਸਿਆ ਗਾ, ਮੈਂ ਤਾਂ ਸੋਥੋ ਗੱਲ ਸੁਣੀ ਆ, ਉਹ ਤਾਂ ਹਜੇ ਮੈਂ ਮੂੰਹ ਹੀ ਸੁਣਦੀ ਸੀ ਮਹਾ ਮੈਨੂੰ ਕੀ ਕਹਿੰਦਾ ਗਾ ਮੇਰੇ ਤਾਂ ਬੰਦਾ ਬਾਹਰ ਵਾਲੇ, ਮੈਂ ਤਾਂ ਘਰੇ ਬੈਠੀ ਆ। ਸਤ ਸ਼੍ਰੀ ਅਕਾਲ ਦੋਸਤੋ, ਹਾਂਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਤੇ ਉਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਹਾਂਜੀ ਹੁਣ ਅਸੀਂ ਸਾਨੂੰ ਸਾਡੀ ਪਹਿਲਾਂ ਵਾਲੀ ਵੀਡੀਓ ਤੇ ਕਮੈਂਟ ਦੇ ਨਾਮ ਬੋਲਣ ਜਾ ਰਹੇ ਹਾਂ। ਦਲਜੀਤ ਕੌਰ USA ਤੋਂ, ਦਰਸ਼ਨ ਸਿੰਘ ਝਨੀਰ ਤੋਂ, ਪਰਵੇਦ ਸ਼ਾਹ ਪਾਕਿਸਤਾਨ ਤੋਂ, ਜਗਵਿੰਦਰ ਸਿੰਘ, ਜਸਪ੍ਰੀਤ ਕੌਰ ਜਸਪ੍ਰੀਤ, ਨੈਵ ਸਿੰਘ, ਰੂਪਾ ਲੱਦੜ, ਸਰਪੰਚ ਕੌਰੇਵਾਲਾ ਤੋਂ ਜ਼ਿਲ੍ਹਾ ਮੋਗਾ, ਰਜਨੀਸ਼ਾ ਸ਼ਰਮਾ, ਕੁਲਦੀਪ ਸਿੰਘ, ਹਰਪਾਲ ਸਿੰਘ, ਜਪਦੀਪ ਸਿੱਧੂ, ਰਿੱਕੀ ਸਿਰਾ, ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਤੋਂ, ਬਲਵੰਤ ਸਿੰਘ, ਭੋਲਾ ਬਰਾੜ ਚੋਟੀਆਂ ਵਾਲਾ, ਜਗਜੀਤ ਸਿੰਘ ਬਰਨਾਲਾ ਤੋਂ, ਲਖਵੀਰ ਸਿੰਘ, ਮਾਨ ਬੋਆਇਜ਼, ਭੁਪਿੰਦਰ ਕੌਰ, ਅੰਮ੍ਰਿਤਪਾਲ ਧਨੋਆ, ਮੰਦਰ ਧਾਲੀਵਾਲ, ਜਸਕੀਰਤ ਧਾਲੀਵਾਲ, ਰਮਨ ਬਰਾੜ, ਦਲਜੀਤ ਕੌਰ ਪਟਿਆਲਾ ਤੋਂ, ਰਮਨ ਗੋਨਿਆਣਾ ਮੰਡੀ ਤੋਂ, ਜਸਵੀਰ ਕੌਰ, ਈਤ ਸਿੰਘ, ਰਾਜਦੀਪ ਗਿੱਲ ਜਲੰਧਰ ਤੋਂ, ਹਰਭਜਨ ਕੌਰ ਪੰਚਕੂਲਾ ਤੋਂ, ਨਿਰਮਲ ਸਿੰਘ, ਅਮਰ ਸਿੰਘ, ਯੂਜ਼ਰ ਨੇਮ ਰੇਖਾ ਕੌਰ, ਦਲਜੀਤ ਮੰਧੇਰ, ਸ਼ੇਖਰ ਤਲਵੰਡੀ, ਹਰਮੀਤ, ਗੁਰਦੀਪ ਸਿੰਘ ਦਾ ਨਾਮ ਸੋਦੀਪਾ, ਜਸਵੀਰ ਸਿੰਘ ਗਿੱਲ ਬੁਲਾਡੇ ਵਾਲੇ ਬਠਿੰਡਾ।
ਬਲਜੀਤ ਕੌਰ, ਮਨਵਿੰਦਰ ਗਿੱਲ, ਮਨਿੰਦਰ ਗਿੱਲ ਕੈਨੇਡਾ ਤੋਂ। ਹਾਂਜੀ, ਇਹ ਸਾਨੂੰ ਸਾਡੀ ਪਹਿਲਾਂ ਵਾਲੀ ਵੀਡੀਓ ਤੇ ਕਮੈਂਟ ਤੇ ਨਾਮ ਨੇ। ਅੱਗੇ ਤੋਂ ਤੁਸੀਂ ਵੀ ਸਾਨੂੰ ਵਧੀਆ ਵਧੀਆ ਕਮੈਂਟਸ ਕਰਿਆ ਕਰੋ, ਤਾਂ ਆਉਣ ਵਾਲੀ ਵੀਡੀਓ ਵਿੱਚ ਅਸੀਂ ਤੁਹਾਡੇ ਵੀ ਨਾਮ ਜ਼ਰੂਰ ਬੋਲਾਂਗੇ ਜੀ। ਹਾਂਜੀ, ਵੀਡੀਓ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ, ਅਤੇ ਸਾਡੇ ਸਿੱਧੂ ਪੰਜਾਬ ਟੀ ਵੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ। ਧੰਨਵਾਦ।